ਆਗੂ ਗੁਰਪ੍ਰੀਤ ਸਿੰਘ ਗੋਪੀ ਚੋਲਾ ਸਾਹਿਬ ਦੇ ਕਤਲ ਕੇਸ ਵਿੱਚ ਨਾਮਜ਼ਦ ਮੁਲਜ਼ਮ ਨੇ ਪੁਲਿਸ ਤੇ ਚਲਾਈ ਗੋਲੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਮੁਲਜ਼ਮ ਦੀ ਲੱਤ ਵਿੱਚ ਲੱਗੀ ਗੋਲੀ, ਜ਼ਖਮੀ ਨੂੰ ਕਰਵਾਇਆ ਗਿਆ ਹਸਪਤਾਲ ਭਰਤੀ। ਇਸ ਸੰਬੰਧੀ ਜਾਣਕਾਰੀ ਦਿੰਦੇ SSP ਤਰਨ ਤਾਰਨ ਨੇ ਦੱਸਿਆ ਕਿ 1 ਮਾਰਚ 2024 ਨੂੰ ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਕਸਬਾ ਫਤਿਆਬਾਦ ਦੇ ਰੇਲਵੇ ਫਾਟਕ ਤੇ ਅਣਪਛਾਤੀ ਵਿਅਕਤੀਆਂ ਨੇ ਕਾਰ ਸਵਾਰ ਆਪ ਆਗੂ ਗੁਰਪ੍ਰੀਤ ਸਿੰਘ ਗੋਪੀ ਦਾ ਗੋਲੀਆਂ ਮਾਰ ਕਤਲ ਕੀਤਾ ਸੀ। ਉਸਦੇ ਵਿੱਚ ਇਹ ਵਿਕਰਮਜੀਤ ਸਿੰਘ ਵਿੱਕੀ ਪੁਲਿਸ ਰਿਮਾਂਡ ਤੇ ਸੀ। ਇਸ ਨੂੰ ਅੱਜ ਹਥਿਆਰੀ ਕਵਰ ਕਰਾਉਣ ਲਈ ਗੋਇੰਦਵਾਲ ਸਾਹਿਬ ਲਿਆਂਦਾ ਗਿਆ ਤਾਂ ਇਸ ਨੇ ਮੌਕੇ ਦਾ ਫਾਇਦਾ ਉਠਾ ਕੇ ਪੁਲਿਸ ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਇਸ ਤੇ ਗੋਲੀ ਚਲਾਈ ਗਈ ਜੋ ਇਸ ਦੀ ਲੱਤ ਵਿੱਚ ਲੱਗੀ ਹੈ। ਤਰਨ ਤਾਰਨ ਤੋਂ ਸੋਨੂੰ ਫਤਿਆਬਾਦ ਦੀ ਖਾਸ ਰਿਪੋਰਟ। ਕੀ ਸਾਰਾ ਮਾਮਲਾ ਹੋਇਆ ਸੀ ਔਰ ਕਿਸ ਤਰੀਕੇ ਨਾਲ ਉਸਨੂੰ ਪ੍ਰੋਡਕਸ਼ਨ ਵਰਡ ਦੇ ਕਦੋਂ ਦਾ ਇੱਥੇ ਲਿਆਂਦਾ ਗਿਆ ਸੀ? ਇਹ 1 ਮਾਰਚ 2024 ਨੂੰ ਗੋਇੰਦਵਾਲ ਸਾਹਿਬ ਥਾਣੇ ਦੇ ਵਿੱਚ ਗੁਰਪ੍ਰੀਤ ਸਿੰਘ ਗੋਪੀ ਦਾ ਮਰਡਰ ਹੋਇਆ ਸੀਗਾ। ਉਹਨੂੰ ਫਤਿਆਬਾਦ ਜਿਹੜਾ ਰੇਲਵੇ ਸਟੇਸ਼ਨ ਦਾ ਫਾਟਕ ਹੈ ਉੱਥੇ ਉਹਨੂੰ 3 ਅਣਪਛਾਤੇ ਵਿਅਕਤੀ ਉਸ ਟਾਈਮ 'ਤੇ ਗੱਡੀ ਦੇ ਵਿੱਚ ਗੋਲੀ ਮਾਰ ਕੇ ਚਲੇ ਗਏ ਸੀਗੇ। ਉਸੀ ਦੇ ਵਿੱਚ ਥਾਣਾ ਗੋਇੰਦਵਾਲ ਸਾਹਿਬ ਦੀ SCI ਟੀਮ ਨੇ ਐਫਰਟ ਕਰਦੇ ਹੋਏ ਕੇਸ ਤੋਂ ਟਰੇਸ ਕੀਤਾ ਸੀਗਾ। ਇਹ ਸਾਡੇ ਕੋਲ ਵਿਕਰਮਜੀਤ ਸਿੰਘ ਵਿੱਕੀ ਜਿਹੜਾ ਵਾ ਇਹ ਪੁਲਿਸ ਰਿਮਾਂਡ 'ਤੇ ਸੀ। ਇਹ ਅੱਜ ਇਹਨੂੰ ਵੈਪਨ ਰਿਕਵਰੀ ਕਰਾਉਣ ਵਾਸਤੇ SHO ਗੋਇੰਦਵਾਲ ਸਾਹਿਬ, DSP ਗੋਇੰਦਵਾਲ ਸਾਹਿਬ ਇੱਥੇ ਲੈ ਕੇ ਆਏ ਸੀਗੇ। ਇਹਨੇ ਮੌਕੇ ਦਾ ਫਾਇਦਾ ਉਠਾ ਕੇ ਪੁਲਿਸ ਜਿਹੜਾ ਵੈਪਨ ਲੋਡ ਕਰਕੇ ਪੁਲਿਸ 'ਤੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਇਹਨੂੰ ਨਿਊਟਰਲਾਈਜ਼ ਕੀਤਾ ਅਤੇ ਇਹਦੀ ਜਿਹੜਾ ਪਤਾ ਲੱਗਿਆ ਲੱਤ ਦੇ ਵਿੱਚ ਗੋਲੀ ਵੱਜੀ ਅਤੇ ਇਹਨੂੰ ਸਿਵਲ ਹਸਪਤਾਲ ਗੋਇੰਦਵਾਲ ਸਾਹਿਬ ਲੈ ਕੇ ਗਏ ਨੇ। ਸਰ, ਵੈਪਨ ਇਸਨੇ ਕਦੋਂ ਦਾ, ਜਦੋਂ ਗੋਪੀ ਦਾ ਮਰਡਰ ਹੋਇਆ ਸੀ ਉਸ ਤੋਂ ਬਾਅਦ ਦਾ ਛੁਪਾਇਆ ਹੋਇਆ ਸੀ ਇੱਥੇ? ਹਾਂਜੀ, ਇਹਨੇ ਇਹੀ ਦੱਸਿਆ ਸੀਗਾ ਜੀ ਕਿ ਮੈਂ ਉੱਥੇ ਵੈਪਨ ਆਪਣਾ ਛੁਪਾ ਕੇ ਰੱਖਿਆ ਹੋਇਆ ਜਿਹੜਾ ਕਿ ਇਹ ਵੈਪਨ ਮੈਂ ਤੁਹਾਨੂੰ ਰਿਕਵਰ ਕਰਾ ਸਕਦਾ। ਹੁਣ ਫੋਰੈਂਸਿਕ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਵੈਪਨ ਕਿਹੜਾ ਵਾ। ਜੀ, ਵੈਪਨ ਵੈਸੇ ਹੋਇਆ ਸਰ ਪਛਾਣ 'ਚ ਕਿ ਕਿਹੜਾ ਵੈਪਨ ਸੀ ਜਿਹੜਾ ਇੱਥੇ ਰੱਖਿਆ ਗਿਆ ਸੀ? 32 ਬੋਰ ਦਾ ਪਿਸਟਲ ਸੀਗਾ ਅਤੇ ਇਹ ਵੀ ਦੱਸਣਯੋਗ ਹੈ ਕਿ ਜਿਹੜਾ ਵਿਕਰਮਜੀਤ ਸਿੰਘ ਵਿੱਕੀ ਸੂਰ ਸਿੰਘ ਰਹਿਣ ਵਾਲਾ ਇਹਦੇ ਖਿਲਾਫ਼ ਪਹਿਲਾਂ ਹੀ 12 ਮੁਕੱਦਮੇ ਸੰਗੀਨ ਅਪਰਾਧ ਦੇ ਦਰਜ ਨੇ, ਜਿਹਦੇ ਵਿੱਚ ਮਰਡਰ, ਆਰਮਸ ਐਕਟ ਅਤੇ NDPS ਦੇ ਮੁਕੱਦਮੇ ਜਿਹੜੇ ਡਿਫਰੈਂਟ ਡਿਫਰੈਂਟ ਦਰਜ ਨੇ। ਸਰ, ਕੋਈ ਹੋਰ ਕੁਛ ਗੱਲਬਾਤ ਕੋਈ ਸਾਹਮਣੇ ਆਈ ਹੋਵੇ ਪ੍ਰੋਟੈਕਸ਼ਨ ਵਰਡ ਦਾ, ਕੋਈ ਗੱਲਬਾਤ ਇਸਨੇ ਦੱਸੀ ਹੋਵੇ ਕਿ ਕਿਸ ਕਾਰਨਾਂ ਕਰਕੇ ਉਸਦਾ ਜਿਹੜਾ ਮਰਡਰ ਇਸਨੇ ਕੀਤਾ ਸੀ? ਇੱਕ ਜੇਲ੍ਹ ਦੇ ਵਿੱਚ ਸੀਗਾ ਜੱਗੀ, ਉਹਦੇ ਕਹਿਣ 'ਤੇ ਇਹ ਸਾਰਾ ਜਿਹੜਾ ਮਰਡਰ ਉਹ ਪਲੈਨ ਹੋਇਆ ਸੀਗਾ। ਉਹਨੇ ਇਹਨਾਂ ਨੂੰ ਹਾਇਰ ਕਰਕੇ ਇਹ ਮਰਡਰ ਕਰਵਾਇਆ ਸੀਗਾ। ਬਾਕੀ ਆਪਣੀ ਤਫਤੀਸ਼ ਜਾਰੀ ਹੈ, ਜਿਹੜਾ ਵੀ ਕੁਛ ਅੱਗੇ ਅਪਡੇਟ ਹੋਈ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। AGTF ਨੇ ਵੀ ਸਰ ਦੋ ਜਿਹੜੇ ਦੋ ਹੈਗੇ ਸੀ ਸ਼ੂਟਰ ਉਹ ਵੀ ਉੱਥੇ ਫੜੇ ਸੀ? ਹਾਂਜੀ, ਇਹ ਜਿਹੜਾ ਵਿਕਰਮਜੀਤ ਸਿੰਘ ਵਿੱਕੀ ਹੈ ਇਹ AGTF ਨੇ ਲਖਨਊ ਤੋਂ ਫੜ ਕੇ ਲੈ ਕੇ ਆਏ ਸੀਗੇ। ਇਹ ਸਾਡੇ ਕੋਲ ਪੁਲਿਸ ਰਿਮਾਂਡ ਸੀ। ਸਰ, ਕੋਈ ਹੋਰ ਕੋਈ ਅਪਡੇਟ ਹੈ ਨਹੀਂ ਕੋਈ ਸਾਹਮਣੇ ਆਈ ਹੋਵੇ? ਔਰ ਕਿੰਨਾ ਕੁ ਜਿਹੜੀ ਗੋਲੀ ਵੱਜੀ ਕਿੱਥੇ ਇੰਜਰਡ ਕਿੱਥੇ ਦਾਖਲ ਕਰਾਇਆ ਗਿਆ? ਇਹਨੂੰ ਸਿਵਲ ਹਸਪਤਾਲ ਗੋਇੰਦਵਾਲ ਸਾਹਿਬ ਦਾਖਲ ਕਰਾਇਆ ਗਿਆ ਅਤੇ ਉੱਥੇ ਇਹਦਾ ਇਲਾਜ ਕੀਤਾ ਜਾ ਰਿਹਾ। ਥੈਂਕ ਯੂ।